año a Anthony Goya. ਪਚਾਸੀ ਦੀ ਤੈਨੂੰ ਕੋਈ ਬੱਕਰੀ ਨਾ ਦੇਵੇ ਤੂੰ ਮੱਝ ਭਾਲਦੀ ਆ ਲੱਖ ਦੀ ਸਕੂਟਰੀ ਆਉਂਦੀ ਤੈਨੂੰ ਝੋਟੀ ਦੇਤੀ ਨਾਲ ਕੱਟੀ ਹੋਰ ਕੇ ਦੁੱਧ ਪੀ ਰੱਜ ਕੇ ਕੱਟੀ ਨਾਲ ਹੀ ਹੋਣੀ ਸੀ ਰੌਲਾ ਜਿਹੜੀ ਮੱਝ ਅਸੀਂ ਦਿਖਾਲਦੇ ਕੁੜੀ ਦੇਖਣ ਚੱਲੇ ਮਾਮੇ ਦੇ ਤੂੰ ਕਿਹੜੇ ਲੱਗੀ ਮਾਤਾ ਸੁੱਖਾ ਸੁੱਖਾ ਛਿੱਤਰ ਨਾ ਖਾਈ ਛਿੱਤਰ ਨਾ ਕੀ ਬਣਾ ਤਾਕੀ ਖੋਲ ਦੇ ਮੇਰਾ ਦਿਲ ਘਬਰਾਉਂਦਾ ਏਸੀ ਲਾਉਣ ਲੱਗਾ ਏਸੀ ਮਾਸੀ ਸੱਚੀ ਗੱਲ ਆ ਇਸ ਉਮਰੇ ਵੀ ਪਾਲੀਆਂ ਪਾਈਆਂ ਅੰਤ ਨੀ ਕੋਈ ਬਥੇਰੇ ਪੇਕਿਆਂ ਨੇ ਜਿੰਨਾ ਪਾਇਆ ਨੀ ਇੰਨਾ ਤੇਰੇ ਸਹੁਰਿਆਂ ਨੇ ਨੀ ਪਾਇਆ ਮਾਸੀ ਤੈਨੂੰ ਇੰਗਲਿਸ਼ ਚ ਗੁੱਡੀ ਦਾ ਤੇਰਾ ਓਪੋਜ਼ਿਟ ਮੰਨਣਾ ਨਾਮ ਬੇਬੀ ਡੋਲ ਮੇਰੀ ਫੋਟੋ ਬਣ ਜੂ ਉੱਪਰ ਉੱਪਰ ਮਾਸੀ ਉੱਤਰ ਜਾ ਛੇਤੀ ਚਮਕੌਰਾ ਇੱਧਰ ਦੀ ਛਾਲ ਮੈਂ ਤੈਨੂੰ ਚੇੜਦੀ ਪਈ ਆ ਇੱਧਰ ਸਾਡੀ ਜਾਨ ਹੱਥ ਚ ਆਈ ਆ ਉਧਰ ਬੋਲ ਦੀ ਛੁੱਟ ਗਿਆ ਕਿਸੇ ਦਾ ਮੱਝ ਦੇਖਣੀ ਵਿੱਚ ਨੀ ਬੋਲਣਾ ਬਾਅਦ ਪੜਦੇ ਨਾ ਆ ਗਏ ਏਦਾਂ ਚੁੰਨੀ ਜੇ ਹੱਥ ਤੇ ਸੱਟ ਕੇ ਏਦਾਂ ਪਾਸੇ ਤੇ ਪੜਦੇ ਨੇ ਗੱਲਾਂ ਮੱਝ ਦੇਖਣੀ ਆ ਤੂੰ ਕੋਈ ਕੁੜੀ ਦੇਖਣੀ ਪਤਾ ਥੋੜੀ ਹੁੰਦਾ ਹੁਣ ਹਾਰ ਇਹ ਨੌਜਵਾਨ ਪਸੰਦ ਆ ਜੂ ਕਿਸੇ ਦੇ ਫੇ ਪਤਾ ਨੀ ਹੁੰਦਾ ਮੋਹਰੇ ਦੇਖ ਹੁਚੁੰਨੀ ਮੇਰੀ ਰੰਗ ਦੇ ਲਾਰੀਆ ਰੰਗ ਨਾਲ ਰੰਗ ਨਾਲ ਮਾਸੀ ਛਾਣਨੀ ਤੇ ਦੀਵਾ ਲੈ ਲਿਆ ਜਵਾਨੀ ਵੇਲੇ ਦਾ ਬਥੇਰਾ ਦੇਖਿਆ ਥੱਲੇ ਲਾ ਲਵਾਂਗੇ ਦੁਨੀਆ ਜਾਣ ਤੇ ਪਹੁੰਚਦੀ ਆਪਾਂ ਚੰਨੇ ਥੱਲੇ ਲਿਆਣਾ ਸਿੱਧੀ ਗੱਲ ਕੰਮ ਨਵੇੜਨਾ ਚੰਨ ਦਾ ਉੱਪਰੇ ਸੋਹਣਾ ਲੱਗਦਾ ਹਾਏ ਹਾਏ ਸੋਹਣਿਆ ਤੂੰ ਕਿਹੜੇ ਚੰਨ ਦੀਆਂ ਗੱਲਾਂ ਕਰਦਾ ਗੱਡੀ ਚਲਾਉਣਾ ਸਾਡੇ ਦਿਲ ਤੇ ਹੌਲ ਵੱਧਦੇ ਆ ਬੀਪੀ ਗੁੱਡੀ ਤਾਂ ਵੱਧ ਚੱਲਿਆ ਮੋਹਰੇ ਦੇਖ ਉਹ ਤਾਂ ਤੁਹਾਡੇ ਟੱਬਰ ਦਾ ਵਾਧਾ ਹੀ ਹੈ ਚਿੱਟੇ ਚਾਰ ਕ ਗੱਲਾਂ ਜੀ ਤੁਹਾਨੂੰ ਕਹਿ ਦੋ ਹਿਸਾਬ ਪੁੱਛ ਲਓ ਪੈਸੇ ਤਾਂ ਬੀਬੀ ਵੱਧ ਜਾਂਦਾ ਜਾਂ ਤੁਹਾਨੂੰ ਦੰਦਣ ਪੈ ਜਾਂਦੀ ਆ ਉਹ ਸੇਮੂ ਮਾਸੀ ਆ ਉਹਨੂੰ ਹਿਸਾਬ ਪੁੱਛ ਲਓ ਉਹਨੂੰ ਦੰਦਣ ਪੈ ਜਾਂਦੀ ਆ ਉਹ ਆਕੜ ਜਾਂਦੀ ਤਾਂ ਇੱਕ ਵਾਰੀ ਭਰਾ ਵਿਆਹ ਦਾ ਉੱਥੋਂ ਕਿਹੜੇ ਹਿਸਾਬ ਪੁੱਛ ਲਓ ਦੰਦਣ ਪੈ ਗਈ ਉਹ ਇੱਕ ਕਹਿੰਦਾ ਭਰਾਵਾ ਅੱਠ ਕਰਦੇ ਰਹੇ ਡੈਲੋ ਪੁਰਾਣਾ ਹੋਇਆ ਤੂੰ ਤਾਂ ਅਸੀਂ ਦੇ ਹੀ ਤੈਨੂੰ ਮਗ ਭੈਣ ਨੇ ਪੁੱਛ ਲਿਆ ਹਿਸਾਬ ਕਿਤਾਬ ਤੇਰਾ ਬੀਬੀ ਵੱਧ ਗਿਆ ਜੋ ਕਰ ਤੇਰੀ ਬੀਬੀ ਜੇ ਗੱਲ ਨਿਬੜਦੀ ਆ
ਆਪਣੀ ਜ਼ਮੀਨ ਨਾਨਕੇ 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 ਇਹਨਾਂ ਨੇ ਮਹਾਰਾਜੇ ਬਣਾਏ ਹੋ ਆ ਮਸਤੇ ਦੇਖਣ ਨੂੰ ਰੂਹ ਨਹੀਂ ਤੁਹਾਡੇ ਨਾਲੋਂ ਚੰਗੇ ਆ ਸਿਕਰੀ ਜੰਮੀ ਪਈ ਤੇਲ ਇਹ ਭੋਰਾ ਲਵਾ ਲਿਆ ਕਰ ਚਾਰ ਬੁੜੀਆਂ ਤੇਰੇ ਕੋਲ ਆਲੇ ਦੁਆਲੇ ਬੈਠੀਆਂ ਰਹਿੰਦੀਆਂ ਹੈ ਫੌਜੀ ਚੇਤੇ ਕਰਦਾ ਅੱਜ ਦਾ ਮਾਸੀ ਬਰਦ ਤੜਾਓ ਗੋਭੀ ਤੇਰਾ ਵੀ ਕੋਈ ਦੇਖੂਗੀ ਚੰਨ ਪਤਾ ਨੀ ਉਹ ਚੰਨ ਅਰਗ ਹੀ ਹੋਊਗੀ ਜਿਹੜਾ ਸਾਨੂੰ ਦੇਖੂ ਚੰਨ ਨੂੰ ਤਾਰੇ ਨੂੰ ਅੜਕ ਦਿੰਦੀ ਹੋਵੇ ਚੰਨ ਨੂੰ ਨਾ ਦੇ ਦੇਵੇ ਸੱਜਿਆ ਬਾਦਸ਼ਾਹ ਤਾਰੇ ਨੂੰ ਹੀ ਅੜਕ ਦਿੰਦੀ ਹੋਵੇ ਕਿਉਂਕਿ ਚੰਨ ਉਹਦਾ ਇੱਥੇ ਆ ਜਿਹੜੀ ਵੀ ਹੋਊਗੀ ਹੋਰ ਨਾ ਕਹੇ ਚੰਨ ਨੂੰ ਅੜਕ ਦੇ ਦੇਵੇ ਮੇਰੀ ਚਿੰਤਾ ਮੁੱਕੀ ਜਾਵੇ ਸਮਾਂ ਕੇ ਹੈ ਨਾ ਤੂੰ ਕਾਹਦੇ ਡਿਪਰੈਸ਼ਨ ਚ ਵਿਆਹ ਹੀ ਕਰਾਉਣੇ ਆ ਮੈਂ ਇੰਨਾ ਖਰਚਾ ਕਰਨਾ ਮਾਸੀ ਕੁੜੀ 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 ਆਉਂਦੇ ਆਉਂਦੇ ਬਿਨਾ 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 ਚੂੜੇ ਤੋਂ ਆਉਂਦੇ ਆਉਂਦੇ ਬਰਤਨ ਸਮਾਨ ਖਰੀਦੀ ਆਉਂਦੇ ਆਉਂਦੇ ਨਾਰੀਅਲ ਖਰੀਦੀ ਮਾਸੀ ਕਰ ਗੱਲ ਉਹਦੀ ਮੈਂ ਕਰ ਦੇਖ ਮਾਸੀ ਟੋਲਟਾ ਥੱਲੇ ਹਾਂ ਦੇ ਦੇਖੀ ਪੈਰ ਨੂੰ ਨਾ ਲਵਾ ਲਈ ਪੂਛ ਮਾਰੀ ਹਾਏ ਰੱਬਾ ਅੱਲਾ ਥੁੱਕਦੀ ਕਾਹਦੇ ਇੱਧਰ ਨੂੰ ਉਹ ਮਸਕ ਆਉਂਦਾ ਤੈਨੂੰ ਇੱਥੋਂ ਮਸੀਹ ਮਿਲਦਾ ਇਹ ਤੈਨੂੰ ਕੀ ਪਤਾ ਕਰਮਾ ਨਾ ਦੇਖੀ ਜਿੰਨੇ ਬੰਦੇ ਤੁਸੀਂ ਆਏ ਆ ਮੈਂ ਕਹਿੰਦਾ ਕੋਈ ਰਸਤਾ ਦੇਖਣ ਨਾ ਆਉਂਦਾ ਹੋਵੇ ਥੱਲੇ ਦੇਖੀ ਗੰਦਾ ਨਾ ਲੱਗ ਜਾਵੇ ਤੇਰੇ ਕੱਟੇ ਦਾ ਮਾਸਕ ਵੀ ਬਹੁਤ ਆਉਂਦਾ ਹੁੰਦਾ ਕਿਹੜੀ ਪਸੰਦ ਆਈ ਕੱਟੇ ਦੇ ਹੱਥ ਰੱਖ ਕੇ ਦੇ ਤਾ ਮਾਸੀ ਦੇ ਤਾ ਨਰਮ ਹੀ ਆ ਤਾਜ਼ਾ ਸੂਆ ਕਿਹੜਾ ਇੱਧਰ ਸਾਰੇ ਸੂਏ ਹੀ ਆ ਬਸ ਹਾਂ ਚਮਕੌਰ ਦੇਖ ਤਾ ਕੱਟਾ ਨਰਮ ਸੋਹਣਿਆ ਕੱਟੇ ਨਾਲ ਹੀ ਮਿਲਦਾ ਤੂੰ ਤਾਂ ਪੂਰਾ ਨਰਮ ਆ ਬੱਚਾ ਮਾਸੀ ਦੇਖ ਤਾ ਮਾਸੀ ਤਾਜ਼ਾ ਸੂਆ ਇਹ ਨਹੀਂ ਉਦਾਂ ਜਾਂਚ ਤੈਨੂੰ ਮਾਸੀ ਉਦਾਂ ਬਥੇਰੀ ਆ
ਅਕਸਰ ਨੂੰ ਫਿਰ ਵੀ ਵਪਾਰੀਆਂ ਦੀ ਧੀ ਰਹਿ ਚੁੱਕੀ ਆ ਨਾ ਸੁਈਓ ਆ ਇਹਨੇ ਵੀ ਪਸ਼ੂ ਰੱਖ ਲੈਣੇ ਆ ਕੀ ਖਾਣ ਸੋਹਣੇ ਆ ਕਿਹੜੀ ਬੇਲ ਨਾਲੇ ਪੰਜ ਅਗਲਾ ਚੱਕ ਦਿੰਦਾ ਹੁੰਦਾ ਹੈ ਨਾ ਮਾਸੀ ਮੈਂ ਮੁੱਧ ਦੇਵੇ ਮੰਜਾ ਡਿਗਦਾ ਪੰਜ ਛੇ ਦਾ ਤੇਰੀ ਭੈਣ ਪਤਾ ਇੱਕ ਅੱਖ ਇਹਨਾਂ ਨੇ ਕੀ ਵਪਾਰ ਕੀਤਾ ਉਦਾਂ ਕਹਿੰਦੇ ਅਸੀਂ ਡੈਰੀ ਸੀਗੀ ਪੱਧਰਾ ਦਿਸਣਾ ਇਹਨੇ ਫੈਨੀ ਨੱਟੇ ਨਾ ਉਹ ਮਾਸੀ ਵਾਲੀਆਂ ਐਨਕਾਂ ਲਾ ਦੇਈ ਉਹਦੇ ਆ ਵੀ 15 ਦਿਨ ਸਿੰਘ ਜਿੱਦਾਂ ਪਾ ਕੇ ਖਾਣਾ ਬਦਲਾ ਲਵਾਂਗੇ ਇਹਦੀ ਵਾਲੀ ਨੇ ਬੋਲਦੀ ਨੀ 50,000 ਨਾਲ ਦੇ ਦਿਓ ਛੋਟੀ ਚੰਗੀ ਤੋਰ ਕੇ ਕੈਟ ਵਾਕ ਕਰਾ ਲੈਣੇ ਆ ਇਹਦੇ ਕੋਲੋਂ ਫੈਸ਼ਨ ਸ਼ੋਅ ਚ ਏਦਾਂ ਮਾੜੀ ਤੋਰ ਦੇ ਭਾਜੀ ਆਹ ਫੈਸ਼ਨ ਸ਼ੋਅ ਕਰਾਉਣਾ ਇਹਦੇ ਤੋਂ ਹੈ ਮਾਸੀ ਕਹਿੰਦੀ ਤੋਰ ਕੇ ਦਿਖਾ ਜਿਹੜੀਆਂ ਜ਼ਖੀਰੇ ਚੋਂ ਬੰਨੀਆਂ ਹੈ ਫੜ ਫੜ ਕੇ ਸਾਲਾ ਛਿੱਤਰ ਨਾ ਇੱਥੇ ਕਿਸੇ ਦਾ ਸਾਲਾ ਦਸ ਹਜ਼ਾਰ ਤੇਰੇ ਵੱਲੋਂ ਪਵਾ ਲਈਏ ਕੈਨੇਡਾ ਤੋਂ ਲਿਆਉਣ ਵੇਲੇ ਵੀ 10 ਰੇਲੇ ਪਿਆ ਦੇਖ ਝੂਠ ਬੋਲੀ ਨਹੀਂ ਆਹ ਮੁੰਡੇ ਬਾਰੇ ਵੀ ਕੁੜੀ ਦੇਖ ਲੋ ਬਾਰੇ ਕੁੜੀ ਦੇਖ
ਇਹਦੀ ਵਾਰੀ ਕਿਹੜਾ ਕੁੜੀਆਂ ਮੌਕ ਗਈਆਂ ਆ ਕਹਿੰਦਾ ਫੋਨ ਆਇਆ ਉਹ ਫੋਨ ਤੇ ਕੋਈ ਨਹੀਂ ਪਤਾ ਲੱਗਦਾ ਤੇਰਾ ਕੱਬਾ ਪਹਿਲਾਂ ਛੋਟਾ ਆ ਨਹੀਂ ਅੱਛਾ ਇਹਦੇ ਨਾਲ ਮੈਂ ਛੋਟਾ ਹਾਂ ਹਾਈਟ ਚ ਵੱਡਾ ਆ ਉਮਰ ਕਿੰਨੀ ਹੈ ਤੇਰੀ ਦੱਸਣਾ ਫੋਨ ਆਇਆ ਸੜਾ ਅਗਲੇ ਨੂੰ ਵਰਤੇ ਆ ਫੋਨ ਆ ਗਿਆ ਨੂੰ ਹੈਲੋ ਆਉਣਾ ਤੋੜ ਦਿੰਨਾ ਆ ਐਵੇਂ ਸਿਰ ਖਾਤਾ ਆ ਤੂੰ ਮੈਂ ਮਿੰਟ ਕੋਲ ਫੋਨ ਕਰੀ ਜਾਨੀ ਆ ਹੈਲੋ ਮੈਂ ਤੁਹਾਡੀ ਨਾਂ ਬੋਲਦੀ ਪਰ ਪਹਿਲਾਂ ਆਂਟੀ ਦੁਸ਼ਮਣਾ ਹਟ ਜਾਂਦਾ ਨਾ ਤੁਸੀਂ ਮੰਡੇ ਨੂੰ ਭੇਜ ਦਿਓ ਸੰਦੀਪ ਆ ਅੱਛਾ ਚੰਨ ਚ ਦੇਖਣਾ ਮੂੰਹ ਇਹਦਾ ਹਾਂ ਸੰਦੀਪ ਦਾ ਬਹਾਨਾ ਅਗਲੀ ਦਾ ਵੀ ਨਾਮ ਸੰਦੀਪ ਹੋ ਸਕਦਾ ਤੇ ਗੱਲ ਕਰਨ ਦੇ ਮੈਨੂੰ ਕਾਰ ਲਾ ਕਰ ਹੈਲੋ ਮੈਂ ਦੇਖ ਲਾ ਆਂਟੀ ਦੇਖ ਲਾ ਕਿ ਰਾਤ ਬਰਾਤ ਕੰਨ ਡੱਬ ਕੇ ਤੇ ਚੰਨ ਨਾ ਚੜਾਉਣ ਗਿਆ ਹੋਵੇ ਹਾਂਜੀ ਅਸੀਂ ਬਸ ਤੁਰ ਪੈਣਾ ਇੱਥੋਂ ਦੇਖ ਕੇ ਹਾਂ ਨਹੀਂ ਨਵੇਂ ਸ਼ਹਿਰੋਂ ਹਾਂ ਨਵੇਂ ਸ਼ਹਿਰੋਂ ਜਲੰਧਰ ਜਾਣਾ ਸੱਚੇ ਪਿਆਰ ਦੀਆਂ ਗੱਲਾਂ ਹੁੰਦੀਆਂ ਟਰੂ ਲਵ ਉਦਾਂ ਵੀ ਕੁੜੀ ਭੁੱਖੀ ਆ ਸਵੇਰ ਦੀ ਤੈਨੂੰ ਕੁੱਤੇ ਦੇ ਹੱਡਾਂ ਚੁੱਪ ਕਰ ਜਾ ਅੱਛਾ ਚੰਗਾ ਆਉਣੇ ਹਾਂ ਜਲੰਧਰ ਨੂੰ ਜਾਣਾ ਪਚਾਸੀ ਦੀ ਤੈਨੂੰ ਕੋਈ ਬੱਕਰੀ ਨਾ ਦੇਵੇ ਤੂੰ ਮੱਝ ਭਾਲਦੀ ਆ ਰਹਿਣ ਦੇ ਲੱਖ ਦੀ ਛੱਡ ਪਰੇ ਯਾਰ ਚਾਈ ਵੀ ਲਾ ਦੇ ਕਿੰਨੇ ਦੀ ਛਿਆਨਵੇਂ ਦੀ ਕਹਿੰਦਾ ਮਾਸੀ ਸਾਡੀ ਨੂੰ ਸੰਗ ਆਉਂਦੀ ਆ ਛਿਆਨਵੇਂ ਦੀ ਇਹਨਾਂ ਨੂੰ ਲੱਗਾ ਭੁਲੇਖਾ ਚਲੋ ਸਵੇਰ ਨੂੰ ਚੋਣੀ ਨੀ ਯਾਰ ਅਸੀਂ ਚੋਣ ਤਾਜੀ ਦਾ ਕੀ ਚੋਣਾ ਆ ਨਹੀਂ ਤਾਂ ਗਦਰ ਰਾਜੂਗਾ ਮੇਰੀ ਗੱਲ ਸੁਣ ਭਾਜੀ ਮੈਂ ਮੇਰੀ ਗੱਲ ਮਾਸੀ ਗੱਲ ਗੱਲ ਉਹ ਗਦਰ ਹੈਗਾ ਗਦਰ ਚੋਲੂਗਾ ਬਈ ਆਹ ਬੰਦਾ ਕੋਈ ਮੇਰੇ ਤੋਂ ਵੀ ਸਿਖਰਾਂ ਤੇ ਪਹੁੰਚਿਆ ਲੱਗਦਾ ਆ ਮਨੀ ਬਿਲਕੁਲ ਯਾਰ ਇੱਕ ਮਾਸੀ ਕਹਿ ਮਾੜੇ ਜਿਹਾ ਮੂਹਰੇ ਹੋ ਕੇ ਕਹਿ ਕੱਟੀ ਵੀ ਲੈਣੀ ਤੇ ਨਾਲ ਕੱਟੀ ਲੈਣੀ ਕੱਲ ਨੂੰ ਕਹਿ ਦੇਖ ਲੀ ਸਵੇਰ ਨੂੰ ਇੱਕ ਵਾਰ ਚੋਣ ਆ ਜਾਏ ਤੂੰ ਸੌਦਾ ਕਰੀ ਨਾ ਚੋਣ ਆ ਜਾਈ ਨਾ ਭਾਈ ਆ ਨੀ ਹੋਣਾ ਨਾ ਅਸੀਂ ਤਾਂ ਸੰਤ ਆ ਇਹ ਸੀ ਇਨਸਾਨ ਆ ਤਿੰਨ ਹਜ਼ਾਰ ਰੁਪਈਆ ਗਰਾਇਆ ਦਾ ਲੈਣਾ ਗੱਡੀ ਵਾਲੇ ਨੂੰ
ਚੱਲ ਭਾਜੀ ਜੈ ਜੈ ਮਾਤਾ ਸਾਡੀ ਦਾ ਮਾਤਾ ਇੱਕ ਵਾਰੀ ਮੱਝ ਦੇਖ ਲਾ ਆਇਆ ਕਰ ਨਹੀਂ 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 ਉਹ ਇੱਕ ਮਿੰਟ ਆ ਰਿਹਾ ਮੱਝ ਮਾਤਾ ਦੇਖ ਲਾ ਇੱਕ ਵਾਰੀ ਆ ਜਾ ਪੂਰੇ ਨੂੰ ਲੈ ਨਹੀਂ ਪੂਰੇ ਪੂਰੇ ਨੂੰ ਲੈ ਜੇ ਫਿਰ ਕਰਾਇਆ ਤਾਂ ਦੇਣਾ ਕਰਾਇਆ ਤੇਰਾ 96 ਤੋਂ ਘੱਟ ਨਹੀਂ ਭਾਜੀ ਨਹੀਂ ਕਰਾਇਆ ਉਹ ਗੱਲ ਤਾਂ ਸੁਣ ਉਹ ਮੱਝ ਦਾ ਰੌਲਾ ਜਿਹੜੀ ਮੱਝ ਹੀ ਦਿਖਾ ਦੇ ਪੈਸੇ ਵੀ ਬਹੁਤ ਸੋਹਣੇ ਆ ਓਏ ਇੰਨੇ ਪੈਸੇ ਚ ਆਉਂਦਾ ਕੱਖ ਨੀ ਭੈਣ ਉਹ ਕਤੂਰੀਆਂ ਆਈਆਂ ਦੇਖਦੀ ਸੀ ਇੱਕ ਵਾਰੀ ਮਾੜਾ ਜਿਹਾ ਜਾਇਆ ਧੱਕੇ ਧੁੱਕੇ ਮਾਰਿਆ ਯਾਰ ਲੱਖ ਵਾਲੀ ਤੁਹਾਨੂੰ ਚੀਜ਼ ਨੀ ਪਤਾ ਕੀ ਚੀਜ਼ ਆ ਸਾਜਨ ਨੂੰ ਪੁੱਛ ਸਾਜਨ ਦੱਸ ਮਾਸੀ ਦੇ ਲੈ 1000 ਪਿੱਛੇ ਮਾਝੀ ਛੱਡਣ ਲੱਗੀ ਆ ਉੱਥੇ ਕੱਦੀ ਹੋਣੀ ਪਵਾ ਦਿੰਦੇ ਫੇਰ ਲੱਖ ਰੁਪਇਆ ਖਰਚ ਦੇਣਾ ਕੋ ਸਿੰਘ ਵੀ ਓ ਯਾਰ ਮਨੀ ਲੱਖ ਦੇ ਮੈਨੂੰ ਪਤਾ ਨਾ ਇਦਾਂ ਦੀਆਂ ਇੱਕ ਹੁਣ ਨੀ ਆਉਂਦਾ ਹਾਂ ਹੌਲੀ ਕਰ ਹੌਲੀ ਕਰ ਹੌਲੀ ਕਰ ਹੌਲੀ ਕਰ ਕਰਨਾ ਤੂੰ ਕਹ ਦੇਣੀ ਆ ਮੱਝ ਦੇਣੀ ਆ ਦੇਣੀ ਆ ਚੱਲ ਆਪਾਂ ਫੇਰ ਕਰ ਲਵਾਂਗੇ ਜੋ ਤੱਕ ਕਹਿ ਦੇਣਾ ਮੈਨੂੰ ਮਨਜ਼ੂਰ ਹੈ ਨੀ ਸੋ ਖਾ ਕੇ ਨੀ ਗੱਲ ਹੋਣੀ ਇੱਕ ਗੱਲ ਕਹਿ ਦੇ ਬਸ ਉਹ ਨਹੀਂ ਨਹੀਂ ਭਾਜੀ ਆ ਕਰੀ ਗੱਲ ਮਨੀ ਨਾ ਮੇਰੀ ਗੱਲ ਸੁਣ ਪਹੁੰਚ ਨਹੀਂ ਕਰੂੰਗਾ ਪਹੁੰਚ ਦਾ ਕਿਰਾਇਆ ਕਰੂੰਗਾ ਬੋਲ ਛੋੜ ਨਾ ਕਰੀ ਪਹੁੰਚ ਤੇਰੀ ਪਹੁੰਚ ਤੁਹਾਡੀ ਹੈ ਤੇ ਸਵੇਰ ਨੂੰ ਕਿਤਨੇ ਵਜੇ ਚੋਣ ਆਣਾ ਤੁਸੀਂ ਚੋਣੀ ਨਹੀਂ ਅਸੀਂ ਨਾ ਨਾ ਮਾ ਉਹ ਵੇ ਆ ਗਦਰ ਆਊਗਾ ਗਦਰ ਤੂੰ ਅੱਜ ਮੋਟਰਸਾਈਕਲ ਤੇ ਸਾਡਾ ਦੂਰੋ ਚੋਕੇ ਹੁਣ ਚੋਲੀ ਤੇ ਟਾਈਮ ਦੱਸ ਦੇ ਵੀ ਅਸੀਂ ਕਿੰਨੇ ਵਜੇ ਆਣਾ ਹੈ ਕਿੰਨੇ ਵਜੇ ਹਾਂ ਕਿੰਨੇ ਵਜੇ ਅਸੀਂ ਆਵਾਂਗੇ ਚੋਣ ਟਾਈਮ ਤੁਹਾਡਾ ਸਵੇਰ ਨੂੰ ਅਸੀਂ ਤੇਰੇ ਕੋ ਆ ਗਏ 7 ਵਜੇ ਤੇ ਨਹੀਂ 6 ਵਜੇ 6 ਵਜੇ ਹਾਂ 6 ਮਤਲਬ 5:30 ਦੇ ਜਾਨੀ ਤਾਂ ਚੋਣ ਲੱਗਣ ਹੁਣ ਜਲਦੀ ਚੋ 6:30 ਅਸੀਂ ਆ 6:30 ਨਾ ਕਰੋ ਮੇਰੀ ਗੱਲ ਸੁਣ ਮੇਰੀ ਗੱਲ ਸੁਣੋ
ਮੇਰੀ ਗੱਲ ਸੁਣ ਪਸ਼ੂ ਬਾਹਰ ਲੈ ਲਿਆਉਣਾ ਸਾਰੇ ਹਾਂ ਹਾਂ ਮੈਂ ਦੁੱਧ ਵਾਲਾ ਲਿਆਉਣਾ ਸਾਡੇ ਪਾਪ ਪਤਾ ਕਿੱਦਾਂ ਮੈਂ ਰੱਖਣੇ ਆ ਪਸ਼ੂ ਦੁਬਾਰਾ ਪਾਉਣ ਲੱਗਾ ਨਹੀਂ ਵੀ ਸਿੰਘਾ ਸੁੰਗਾ ਤੇ ਆ ਕੰਮ ਨਹੀਂ ਕਰਨਾ ਸਾਨੂੰ ਇੱਥੇ ਤਾਂ ਦੁੱਧ ਸਾਡਾ ਪੂਰਾ ਹੋਣਾ ਚਾਹੀਦਾ ਨਾ ਸੁਣਾ ਲੰਮਾ ਨਾ ਪਤਾ ਲੰਮਾ ਨਾ ਹੋਵੇ ਤਾਂ ਨਹੀਂ ਝੂਲਦੀ ਹੈ ਮੇਰੀ ਹੋਊਗੀ ਤੇ ਝੂਲਦੀ ਹੋਊ ਬਸ ਫੇ ਚੱਲ ਚੱਲ ਠੀਕ ਹੈ ਚੱਲ ਅਸੀਂ ਜੂਰ ਪੈ ਗਏ ਸੀ ਸੁਣ ਓਕੇ ਓਕੇ ਕਾਕੇ ਅਸੀਂ ਚੋਣੀ ਲੈ ਜਾਣੀ ਜੀ ਇੱਧਰ ਮੇਰੀ ਦਲਾਲੀ ਹੈ ਮੇਰੀ ਦਲਾਲੀ ਮੈਂ ਇਧਰੋਂ 1000 ਲੈਣਾ ਤੂੰ ਕੀ ਦੇਣਾ ਬਾਈ ਬਾਈ ਉੱਥੇ ਦੋ ਹੀ ਇੱਕ ਦੋ ਹੋਰ ਲੈ ਲਿਆ ਦੋ ਹੀ ਮੱਝਾਂ ਸਾਂਭਾਂਗੇ ਨਾਲ ਦੁੱਧ ਪੀਆਂਗੇ ਇਹਨਾਂ ਦੇ ਕੰਮ ਕਰਾਂਗੇ ਇਹ ਝੋਟੀ ਕਿੱਦਾਂ ਹੈ ਰਾਣੋ ਚੁੱਪ ਕਰਕੇ ਬਹਿ ਜਾ ਤੈਨੂੰ ਨਹੀਂ ਲੱਗ ਤੇ ਕੱਟ ਮੈਂ ਇਹ ਨਹੀਂ ਮਿਲਣੀ ਇਹ ਬੱਕਰੀਆਂ ਆਹੋ ਝੋਟੀਆਂ ਆ ਇਹ ਚੇਚੇ ਆ ਇਹ ਆ ਗੱਡੀ ਆਉਂਦੀ ਪਈ ਗੱਡੀ ਆਉਂਦੀ ਆ ਗੱਡੀ ਆਉਂਦੀ ਆ ਨਹੀਂ ਨਹੀਂ ਚੋਣੀ ਅੰਮਾ ਤੈ ਆ ਸਾਂਭੜੀ ਦੇ ਆ ਝੋਟੀ ਹੈਗੀ ਆ ਤੋਹਫਾ ਬੁੱਢੀ ਦੱਸ ਦੇ ਬੁੱਢੀ ਤੋਹਫਾ ਇਹ ਝੋਟੀ ਬਾਹਰ ਲਈ ਆ ਸ਼ਾਹਪੁਰੀਆਂ ਵਾਲੀ ਜਿਹੜੀਆਂ ਉਹ ਲਿਆਉਂਦੇ ਆ ਉਧਰੋਂ ਹਾਂ ਸੁੱਖ ਜਿਹੜੀ ਤੈ ਸੁੱਖੀ ਸੁੱਖ ਸੁੱਖੀ ਸੀ ਉਦੇ ਕਹਿ ਗਈ ਮੈਂ ਸੁੱਖ ਨਹੀਂ ਸੁੱਖੀ ਮੈਂ ਕਿਹਾ ਮਾਤਾ ਰਾਣੀ ਨਹੀਂ ਤੂੰ ਸੁੱਖ ਨਹੀਂ ਸੁੱਖੀ ਸੀ ਮੇਰਾ ਦਿਲ ਘਟਣ ਲੱਗ ਪਿਆ ਹੋਰ ਤਰ੍ਹਾਂ ਹੋ ਗਿਆ ਮੇਰਾ ਹੋਰ ਤਰ੍ਹਾਂ ਹੋ ਗਿਆ ਜਦ ਆਓਗੇ ਤਦ ਆਓਗੇ ਝੋਟੀ ਸਾਂਭਣੀ ਵੀ ਆ ਬੰਦ ਕਰ ਦੇ ਉੱਤੋਂ ਨਵੇਂ ਸ਼ਹਿਰ ਚ ਕਹਿਣਾ ਕੀ ਰੌਲਾ ਪਾਉਂਦਾ ਤਾਤਾ ਹੈ ਰਾਣੋ ਸੁਣੀ ਚੱਡਾ ਵੀ ਸੁਥਰਾ ਆ ਪਸ਼ੂ ਹੀ ਹੈ ਨੀ ਕਿਸੇ ਕੋਲ ਵੀ ਕੱਢਦੀ ਆ ਬਹਿ ਤਾਂ ਲੈਣ ਦੇ ਉਹਨੂੰ ਆਵੇ ਇੱਕ ਅੱਧੀ ਇੱਥੇ ਸੜ ਜੂਗੀ ਫਿਰ ਚਰਾਸ ਆਊਗਾ ਫਿਰ ਉਹ ਮੈਡਮ ਤੁਸੀਂ ਕਿੱਦਾਂ ਡਿੱਗ ਗਏ ਚੱਕਣ ਨੂੰ ਫਿਰ ਸ਼ੇਰ ਮੈਡਮ ਤੁਸੀਂ ਕਿੱਦਾਂ ਡਿੱਗ ਮੈਡਮ ਨੂੰ ਤੁਸੀਂ ਬਹਿਣੇ ਹੀ ਨੀ ਦਿੰਦੇ ਜਾਂ ਮੈਂ ਸਕੂਟਰ ਹੌਨ ਤੇ ਹੌਨ ਗਦਰ ਝੋਟੀ ਦੇ ਨਾਲ ਕੱਟੀ ਦਿੱਤੀ ਕਿਉਂ ਭਾਜੀ ਲੱਖ ਦੀ ਸਕੂਟਰੀ ਆਉਂਦੀ ਆ ਲਵ ਯੂ ਯਾਰ ਉਹ ਤੂੰ ਮਾਸੀ ਉਧਰ ਨੂੰ ਨਾ ਦੇਖ ਮੁੰਡੇ ਆ ਇਧਰ ਨੂੰ ਦੇਖ ਗੁੱਡੀ ਨੂੰ ਫੋਨ ਲਾਈ ਜਾਂਦੀ ਤੇਰਾ ਫੋਨ ਤੇਰੇ ਕੋਲ ਲੱਖ ਦੀ ਸਕੂਟਰੀ ਆਉਂਦੀ ਤੈਨੂੰ ਝੋਟੀ ਦੇ ਤੀ ਨਾਲ ਕੱਟੀ ਹੋਰ ਕਿਆ ਦੁੱਧ ਪੀ ਰੱਜ ਕੇ ਕੱਟੀ ਨਾਲ ਹੋਣੀ ਸੀ ਨਹੀਂ ਫੇਰ ਵੀ ਤੈਨੂੰ ਭੁਲੇਖਾ ਲੱਗ ਗਿਆ ਉਹਦੇ ਦੰਦ ਦੇਖੇ ਹੀ ਨੀ ਦੰਦ ਦੇਖੇ ਨੀ ਮੈਨੂੰ ਲੱਗਦਾ ਉੱਪਰਲੇ ਉੱਪਰਲੇ ਦੰਦ ਹੈ ਨੀ ਸੀ ਉਹਦੇ ਝੂਠ ਹੈ ਸਾਹ ਲੱਗੇ ਉੱਪਰ ਦੰਦੇ ਹੈ ਨੀ ਉਹਦੇ ਇੱਕ ਵੀ ਤੇ ਹੁੰਦਾ ਹੀ ਨਹੀਂ ਅੱਛਾ ਪਤਾ ਤੈਨੂੰ ਗੋਪੀ ਤੂੰ ਸਾਡੇ ਕੋਲ ਰਹਿ ਲੈ ਮਿੰਦਰ ਨੂੰ ਫੋਨ ਕਰਦੇ ਆ ਜਿਓ ਕਿੱਥੇ ਰਹਿ ਲੈ ਮੇਰੇ ਕੋ ਮੁਰ ਕੋ ਟਾਈਮ ਹੈ ਨਹੀਂ ਮਿੰਦਰ ਕੋ ਰਹਿ ਲੈ ਮੈਂ ਤਾਂ ਭਾਈਏ ਦੀ ਮੱਝ ਚੋਣੀ ਆ ਜਾ ਕੇ ਆ ਯਾਰ ਸਾਜਨ ਇੱਥੇ ਆ ਮੈਂ ਚੋ ਲਈ ਆ ਥਾਣ ਟੋ ਲੈ ਆ ਸਵੇਰ ਨੂੰ ਤੁਸੀਂ ਦੁੱਧੇ ਹੀ ਦੇਖਣਾ ਨਾ ਤੇ ਇੱਕ ਰੱਖਣਾ ਹਾਂ ਵੀ ਨਾ ਦੋ ਵੈਸੇ ਤਾਂ ਤੁਹਾਨੂੰ ਤਾਂ ਪਤਾ ਚਵਾਈ ਤੋਂ ਇੱਕ ਵਾਰ ਪਤਾ ਲੱਗ ਜਾਂਦਾ ਵੇ ਉਹੀ ਤਾਂ ਗੱਲ ਹੈ ਝੋਟੀ ਹੋਣੀ ਪੂਰੇ ਪੂਰੇ ਦੀ ਆ ਚੱਲ ਘੱਟ ਹੋ ਗਈ ਤੁਹਾਡੀ ਹੋ ਗਈ ਵਧੀਆ ਗੱਲ ਹੈ ਯੋਰ ਬੋਲ ਹੈ ਗੁੱਡੀ ਨੂੰ ਲਿਜਾਇਆ ਕਰੋ ਗਾਹ ਸੱਚ ਬੇਬੀ ਡੋਲ ਨੂੰ ਇੰਗਲਿਸ਼ ਚ ਨਹੀਂ ਨਹੀਂ ਬੇਬੀ ਡੋਲ ਨੇ ਲਾਇਆ ਇਹਨੇ ਤਾਂ ਅਗਲੇ ਦੇ ਕੱਪੜੇ ਪਾੜ ਛੜੇ ਮਾਸੀ ਅੱਜ ਪਤਾ ਲੱਗਾ ਰਜਵਾੜਿਆ ਦੀ ਧੀ ਅੱਜ ਇਹ ਹਿਸਾਬ ਨਾ ਪੂਰੀ ਲਹਿਰ ਕੱਢੀ ਭਰਾ ਨੇ ਸਿਖਾਲਿਆ ਕਰਿਆ ਕਰੋ ਝੋਟੀ ਬਣਾਤੀ ਆ ਤੈਨੂੰ ਇੱਕ ਡੱਬਾ ਵੀ ਲੈ ਕੇ ਦਿੰਦੇ ਮਠਿਆਈ ਦਾ ਕਲਕੰਦ ਚਮ ਚਮ ਦੀ ਬਰਫੀ ਲੈ ਕੇ ਦਿੰਦੇ ਆਂਟੀ ਫਿਕਰ ਨਾ ਕਰੋ ਚੱਲੀ ਚੱਲ ਜਾਂ ਗੁੱਡੀ ਤੂੰ ਨੀ ਬੋਲਦੀ ਝੋਟੀ ਹੈਗੀ ਆ ਬਾਹਰਲੀ
ਬੀਜਾ ਵੀ ਲੱਗਾ ਆ ਕਾਰਡ ਵੀ ਦਿਖਾਇਆ ਉਹਨੇ ਸਾਰਾ ਆਪਣਾ ਉਹ ਨਹੀਂ ਨਹੀਂ ਬਾਹਰੋਂ ਘਰੂ ਲਈ ਆ ਹਾਂਜੀ ਬਾਹਰੋਂ ਲਈ ਆ ਸੌਦਾ ਆਪਣਾ ਗੁੱਡੀ ਮਾਸੀ ਕਰਿਆ ਕਰੋ ਮਾਸੀ ਜਦੋਂ ਤੂੰ ਖਿਜੀ ਪ੍ਰੈਸ਼ਰ ਜਿਹਾ ਪਿਆ ਤੇਰੇ ਚ ਫੇਰ ਅਗਲਾ ਪ੍ਰਭਾਵਿਤ ਹੋਇਆ ਫੇਰ ਹੋਇਆ ਤੈਨੂੰ ਬਾਹ ਫੜ ਕੇ ਦਿਲ ਗਿਆ ਤੈਨੂੰ ਕਹਿੰਦਾ ਲੈ ਮਾਸੀ ਖਿੱਚ ਗਈ ਬੰਦਾ ਵਧੀਆ ਬੰਦਾ ਵਧੀਆ ਇਹ ਵੀ ਸਹੀ ਆ ਝੋਟੀ ਬਾਹਰ ਲਈ ਆ ਕੱਲੀ ਨੇ ਕਹਿਣਾ ਜਾਨ ਸਾਡੀ ਖਾਧੀ ਪਈ ਸੀ ਪਹਿਲਾਂ ਦੱਸ ਦੱਸ 70,000 ਰੁਪਇਆ ਮੈਂ ਤੈਨੂੰ ਦੇ ਬੈਠਾ 70,000 ਰੁਪਇਆ ਜਿਹੜਾ ਉਹ LCD ਵਾਲੇ ਦਾ ਲਵਾਇਆ ਉਹ 10,000 ਰੁਪਇਆ ਤੈਨੂੰ ਬਾਹਰੋਂ ਆਉਣ ਲੱਗੀ ਦਿੱਤਾ ਉਹ ਲੱਗਾ ਸਮਾਨ 12,000 ਰੁਪਇਆ ਉਹ ਲੱਗਾ ਉਹ ਕਿਉਂ ਘਰ ਦੀ ਪਰਸਨੈਲਿਟੀ ਬਣੀ ਹੈ ਬੋਰੀ ਆ ਲੈਣੀ ਸੀ ਨਾਲੇ ਹੈਲੋ ਏਦਾਂ ਦੀ ਝੋਟੀ ਰੱਖਣੀ ਆ ਤੇ 10,000 ਦਾ ਪੇੜਾ ਬਣਾ ਲਾ ਜਾ ਗੁੱਡੀ ਮੇਰੀ ਗੱਲ ਇੱਕ ਪਾਈ ਕਣਕ ਦੀ ਬੋਰੀ ਹੈਨਾ ਅੱਧੀ ਪਾਈ ਮੱਕੀ ਦੀ ਬੋਰੀ ਪਾਈ ਝੋਨੇ ਦੀ ਫੇਰ ਤੂੰ ਏਦਾਂ ਕਰੀ ਸੌਂਫਾ ਪਾਈ ਦੋ ਦੋ ਕਿਲੋ ਸੌਂਫਾ ਰਾਣੋ ਵਧੀਆ ਮੇਰੀ ਗੱਲ ਪਹਿਲਾਂ ਗੱਲ ਤਾਂ ਸੁਣ ਲਾ ਹੈਨਾ ਪਾ ਕੇ ਰਹਿਣ ਮੇਰੀ ਗੱਲ ਸੁਣ ਝੋਟੀ ਦਾ ਜੇ ਦੁੱਧ ਚੋਣਾ ਥੱਲੇ ਦੁੱਧ ਬਹੁਤ ਦੇਣਾ ਝੋਟੀ ਨੇ ਇੰਨੀ ਗਰੰਟੀ ਪੰਦਰਾਂ ਸੋਲਾਂ ਕਿਹੜਾ ਵਿੱਚ ਤਾਰਾ ਮੀਰਾ ਪਾਓ ਨਹੀਂ ਗੁੜ ਪਾਓ ਗੁੜ ਤਾਂ ਲੈ ਲੈ ਕੋਈ ਸੋਫਾ ਪਾਓ ਛੋਲੇ ਪਾਓ ਕੋਈ ਯਾਰ ਕੋਈ ਚੱਕਰ ਨੀ 5-10,000 ਨਾਲ ਚੀਜ਼ ਨਹੀਂ ਮਹਿੰਗੀ ਹੁੰਦੀ ਹੁੰਦੀ ਜੇ ਪਸੰਦ ਆ ਜਾਂਦੀ ਆ ਜੇ ਚੀਜ਼ ਪਸੰਦ ਆ ਤਾਂ ਯਾਰ ਲੈ ਲਈਦਾ ਹੁੰਦਾ ਮੈਨੂੰ ਇੰਨਾ ਪਤਾ ਝੋਟੀ ਬਾਹਰ ਨੀ ਆ ਨਹੀਂ ਇੱਕ ਮਿੰਟ ਝੋਟੀ ਬਾਹਰ ਲਈ ਉਹਨਾਂ ਸਾਰੀਆਂ ਤੇ ਜੁੱਤੀਆਂ ਮਾਰਤੀ ਆ ਸਿੰਘੇ ਮਾਰ ਗਿਆ ਫੇਰ ਕੀ ਹੋਇਆ ਸੋਹਣਾ ਸਜਦੀ ਆ ਮੀਣੀ ਮਾਸੀ ਏਦਾਂ ਹੁੰਦੇ ਆ ਏਦਾਂ ਨੀ ਹੁੰਦੇ ਫੇਰ ਕੀ ਹੋਇਆ ਆਹੋ ਫੇਰ ਮੁੰਡਾ ਤੀਰ ਮਾਰਦਾ ਵੀ ਹੋ ਸਕਦਾ ਤਾਂ ਵੀ ਕੁੜੀ ਦਾ ਪਸੰਦ ਆ ਜਾਂਦਾ ਠੀਕ ਨੀ ਗੱਲ ਮਨੀ ਹੁਣ ਤੁਸੀਂ ਦਬਦਾ ਲੈ ਚਲੋ ਸੰਦੀਪ ਦਬਾ ਨੂੰ ਹੁਣ ਸਾਰੇ ਨੂੰ ਉਡਾ ਕੇ ਲੈ ਜਾ